ਤੇ ਵਜ਼ੀਰੇ ਔਕਾਫ ਔਰ ਮਜ਼ਬੀ ਅਮੂਰ ਨੇ ਤੇ ਉਹਨਾਂ ਦੇ ਪਾਕਿਸਤਾਨ ਮੁਸਲਿਮ ਲੀਗ ਦੇ ਰਹਿਨਮਾ ਨੇ ਅਸੀਂ ਇੱਕ ਤੇ ਸਾਰੀਆਂ ਮੁਹੱਬਤਾਂ ਦੇ ਨਾਲ ਇਹਨਾਂ ਨੂੰ ਜੀਆਨ ਕਹਿੰਦੇ ਹਾਂ ਜਨਾਬ ਮੀਆਂ ਅਤਾ ਮੁਹੰਮਦ ਮਾਨੇਕਾ ਜੀ ਨੂੰ ਤੁਹਾਡੀਆਂ ਤਾੜੀਆਂ ਦੇ ਵਿੱਚ ਅਸੀਂ ਇਹਨਾਂ ਨੂੰ ਕਹਾਂਗੇ ਕਿ ਉਹ ਆਉਣ ਔਰ ਆਪਣੇ ਖਿਆਲਾਂ ਦਾ ਇਜ਼ਹਾਰ ਕਰਨ ਔਰ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਜੋ ਮੌਕਫ ਹੈ ਜਾਂ ਉਹਨਾਂ ਉਹ ਇਸ ਹਵਾਲੇ ਦੇ ਨਾਲ ਬੁਨਿਆਦੀ ਤਾਲੀਮ ਦੇ ਹਵਾਲੇ ਨਾਲ ਮਾਦਰੀ ਜ਼ਬਾਨ ਪੰਜਾਬੀ ਦੇ ਵਿੱਚ ਪੜ੍ਹਾਈ ਦੇ ਹਵਾਲੇ ਦੇ ਨਾਲ ਉਹ ਕਿਵੇਂ ਸੋਚਦੇ ਨੇ ਆਓ ਉਹਨਾਂ ਦੇ ਖਿਆਲਾਂ ਸੁਣੀਏ ਜਨਾਬ ਮੀਆਂ ਅਤਾ ਮੁਹੰਮਦ ਮਾਨੇਕਾ ਮੇਰੇ ਪੰਜਾਬੀ ਜ਼ਬਾਨ ਦੇ ਆਸ਼ਕੋ ਅਸਲਾਮੁ ਅਲੈਕੁਮ ਮੈਨੂੰ ਬੜੀ ਅੱਜ ਤੁਹਾਡੇ ਵਿੱਚ ਆ ਕੇ ਬੜੀ ਖੁਸ਼ੀ ਹੋਈ ਹੈ ਔਰ ਇਸ ਵੇਲੇ ਮੇਰੇ ਨਾਲ ਇਹ ਗੱਲ ਕੀਤੀ ਗਈ ਕਿ ਇਹ ਅੱਜ 21 ਅਪ੍ਰੈਲ ਅਕਵਾਮੇ ਮੁਤਹਿਦਾ ਦਾ ਦੁਨੀਆ ਸਾਰੀ ਦੇ ਵਿੱਚ ਮਾਦਰੀ ਜ਼ਬਾਨ ਨੂੰ ਅੱਗੇ ਲਿਜਾਣ ਵਾਸਤੇ ਇਹ ਦਿਨ ਮਨਾਇਆ ਜਾਂਦਾ ਹੈ ਔਰ ਤੁਸੀਂ ਪੰਜਾਬੀ ਨੂੰ ਅੱਗੇ ਲਿਜਾਣ ਵਾਸਤੇ ਦਿਨ ਮਨਾ ਰਹੇ ਹੋ ਅਤੇ ਮੇਰਾ ਤਾਲੁਕ ਚੂੰਕਿ ਮੇਰਾ ਜੰਮਾ ਜਾਇਆ ਮੈਂ ਬੜਿਆ ਪੜਿਆ ਔਰ ਮੈਂ ਅੱਜ ਜਿਸ ਇਲਾਕੇ ਦਾ ਨੁਮਾਇੰਦਾ ਉਹਨੇ ਤੁਹਾਨੂੰ ਪੰਜਾਬੀ ਦੇ ਦੋ ਸ਼ਾਹਕਾਰ ਦਿੱਤੇ ਸ਼ਾਇਦ ਤੁਹਾਨੂੰ ਲੰਬਾ ਚੌੜਾ ਪਤਾ ਵੀ ਨਾ ਹੋਵੇ ਇੱਕ ਦਾ ਪੰਜਾਬੀ ਜ਼ਬਾਨ ਦੇ ਪਹਿਲੇ ਸ਼ਾਇਰ ਬਾਬਾ ਫਰੀਦਉਦੀਨ ਮਸੂਦ ਗੰਜੇ ਸ਼ਕਰ ਹੈ ਔਰ ਮੇਰੇ ਇਲਾਕੇ ਵਿੱਚ ਮਲਕਾ ਹਾਂਸ ਵਿੱਚ ਰਹਿ ਕੇ ਬਹਿ ਕੇ ਹਜ਼ਰਤ ਵਾਰਿਸ ਸ਼ਾਹ ਨੇ ਆਪਣੀ ਹੀਰ ਲਿਖੀ ਸੋ ਮੈਂ ਸਮਝਿਆ ਵੀ ਉਸ ਇਲਾਕੇ ਦੀ ਨੁਮਾਇੰਦਗੀ ਅੱਜ ਦੇ ਦਿਨ ਹੋਣੀ ਜ਼ਰੂਰੀ ਹੈ ਦੂਸਰਾ ਇਹ ਹੈ ਕਿ ਇੱਥੇ ਸਰਕਾਰਾਂ ਦਾ ਗਿਲਾ ਦਿੱਤਾ ਗਿਆ ਕਿ ਸਰਕਾਰਾਂ ਤਵੱਜੋ ਨਹੀਂ ਦਿੱਤੀ ਪਹਿਲੀ ਸਰਕਾਰਾਂ ਦਾ ਮੈਨੂੰ ਨਹੀਂ ਪਤਾ ਲੇਕਿਨ ਅੱਜ ਮੇਰੀ ਇੱਥੇ ਮੌਜੂਦਗੀ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬੀ ਜ਼ਬਾਨ ਨੂੰ ਪੜ੍ਹਾਉਣ ਵਾਸਤੇ ਪੰਜਾਬੀ ਜ਼ਬਾਨ ਦੇ ਪੂਰਾ ਹੱਕ ਦੇਵਣ ਵਾਸਤੇ ਕਿਸੇ ਤੋਂ ਪਿਛਾ ਨਹੀਂ ਹੈ ਅਤੇ ਨਾ ਰਹੇਗੀ ਸਿਰਫ ਇਹ ਹੈ ਕਿ ਕੁਝ ਆਪਾਂ ਵੀ ਆਪਣੇ ਰਵੱਈਆਂ ਨੂੰ ਸੋਚ ਲਈਏ ਪਿੰਡਾਂ 'ਚ ਮੈਂ ਵੇਖਿਆ ਕਿ ਅਨਪੜ੍ਹ ਮਾਵਾਂ ਸ਼ਹਿਰਾਂ 'ਚ ਆਉਂਦੀਆਂ ਔਰ ਆਪਣੀ ਔਲਾਦ ਨੂੰ ਘਰ ਵਿੱਚ ਵੀ ਉਰਦੂ ਬੁਲਾਉਂਦੀਆਂ ਮੈਂ ਬਹੁਤ ਅਰਸਾ ਪਹਿਲੇ ਆਪਣੇ ਕਾਲਜ ਗੌਰਮੈਂਟ ਕਾਲਜ ਦੇ ਜ਼ਮਾਨੇ ਵਿੱਚ ਔਰ ਗੌਰਮੈਂਟ ਕਾਲਜ ਦੇ ਜ਼ਮਾਨੇ ਤੋਂ ਮੈਨੂੰ ਅੱਜ ਯਾਦ ਆ ਗਿਆ ਮੇਰਾ ਭਾਈ ਸ਼ੌਕਤ ਅਲੀ ਮੈਨੂੰ ਕੋਈ 50 ਸਾਲ ਦੇ ਅਰਸੇ ਵਿੱਚ ਅੱਜ ਬਹੁਤ ਲੰਮੇ ਅਰਸੇ ਬਾਅਦ ਮਿਲਿਆ ਗੌਰਮੈਂਟ ਕਾਲਜ ਦੇ ਜ਼ਮਾਨੇ ਵਿੱਚ ਮੈਂ ਪੜ੍ਹਿਆ ਸਾਦਤ ਹਸਨ ਮੰਟੋ ਉਰਦੂ ਜ਼ਬਾਨ ਦੇ ਬਹੁਤ ਵੱਡੇ ਅਫਸਾਨਾ ਨਵੀਸ ਹੈ ਲੇਕਿਨ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ ਪੰਜਾਬੀ ਹੈ ਉਹਨਾਂ ਲਿਖਿਆ ਕਿ ਜਿਸ ਵੇਲੇ ਕੋਈ ਪੰਜਾਬੀ ਉਰਦੂ ਬੋਲਦਾ ਹੈ ਮੈਨੂੰ ਲੱਗਦਾ ਹੈ ਝੂਠ ਬੋਲਦਾ ਅਤੇ ਮੈਂ ਆਪਣੇ ਘਰ ਵਿੱਚ ਬੱਚਿਆਂ ਨਾਲ ਅੱਜ ਮਾਸ਼ਾਅੱਲਾ ਉਹ MA ਕਰਕੇ ਅੱਗੇ ਚਲੇ ਗਏ ਮੈਂ ਘਰ 'ਚ ਕਦੀ ਉਰਦੂ ਨਹੀਂ ਬੋਲੀ ਅਤੇ ਹੁਣ ਅਸੀਂ ਕੀ ਕਰਨੇ ਹੈ ਬਈ ਕਾਲਜਾਂ ਵਿੱਚ ਤਾਂ ਪੰਜਾਬੀ ਔਰ ਯੂਨੀਵਰਸਿਟੀ 'ਚ ਪੰਜਾਬੀ ਹੈ ਲੇਕਿਨ ਪਤਾ ਕਰ ਲਓ ਸਾਡੇ 'ਚੋਂ ਕਿੰਨੇ ਹੈ ਜਿਹੜੇ ਪੰਜਾਬੀ ਨੂੰ ਬਤੌਰ ਮਜ਼ਮੂਨ ਇਖਤਿਆਰ ਕਰਦੇ ਹੁਣ ਪ੍ਰਾਇਮਰੀ ਦਰਜੇ 'ਤੇ ਮੈਂ ਸਮਝਦਾ ਕਿ ਲਾਜ਼ਮ ਹੈ ਜ਼ਰੂਰੀ ਹੈ ਔਰ ਮੈਂ ਤੁਹਾਨੂੰ ਯਕੀਨ ਨਾਲ ਇਹ ਕਹਿ ਸਕਦਾ ਕਿ ਮੀਆਂ ਸ਼ਬਾਜ਼ ਸ਼ਰੀਫ ਦਾ ਇਸ ਮਾਮਲੇ 'ਚ ਬੜਾ ਮੁਸਬਤ ਰਵੱਈਆ ਮੈਨੂੰ ਯਾਦ ਹੈ ਮੈਂ 1994-95-96 ਵਿੱਚ ਇਸ ਪੰਜਾਬ ਵਿੱਚ ਵਜ਼ੀਰ ਤਾਲੀਮ ਹੈਗਾ ਔਰ ਮੈਂ ਇੰਡੋਨੇਸ਼ੀਆ ਵਗੈਰਾ ਦੇ ਦੌਰੇ 'ਤੇ ਅਸੀਂ ਗਏ ਮੈਂ ਇੰਡੋਨੇਸ਼ੀਆ ਦੇ ਵਜ਼ੀਰ ਤਾਲੀਮ ਨੂੰ ਪੁੱਛਿਆ ਵੀ ਤੁਸੀਂ ਇੱਥੇ ਮੈਡੀਕਲ ਜਾਂ ਇੰਜੀਨੀਅਰਿੰਗ ਦੀ ਜਿਹੜੀ ਹੈ ਉਹ ਤਾਲੀਮ ਉਹ ਕਿਹੜੀ ਜ਼ਬਾਨ ਹੈ ਦੇ ਉਹਨੇ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖਿਆ ਕਹਿਣ ਲੱਗਾ ਅਸੀਂ ਆਪਣੀ ਜ਼ਬਾਨ ਇੰਡੋਨੇਸ਼ੀਆ ਨਹੀਂ ਦਿੰਦੇ ਅਤੇ ਅਸੀਂ ਇੱਥੇ ਹਾਲੀ ਚੁੱਕੇ ਅਸੀਂ ਪੰਜਾਬੀ ਹਕੀਕਤ ਇਹ ਹੈ ਇਹਸਾਸੇ ਕਮਤਰੀ ਦੇ ਮਾਰੇ ਹੋਏ ਲਿਬਾਸ ਵੀ ਅੰਗਰੇਜ਼ ਦਾ ਦਿੱਤਾ ਹੋਇਆ ਪਾਉਣੇ ਹੈ ਪਸੰਦ ਕਰਨੇ ਹੈ ਔਰ ਫਖਰ ਕਰਨੇ ਹੈ ਜ਼ਬਾਨ ਵੀ ਉਹਦੀ ਦਾ ਟਾਂਕਾ ਜ਼ਰੂਰ ਲਾਉਣੇ ਹੈ ਭਾਵੇਂ ਪੰਜਾਬੀ ਬੋਲ ਰਹੀ ਹੈ ਇਸ ਵਾਸਤੇ ਮੈਂ ਤੁਹਾਨੂੰ ਵੀ ਇਹ ਇਲਤਜਾ ਕਰਾਂਗਾ ਕਿ ਤੁਸੀਂ ਪੰਜਾਬੀ ਜ਼ਬਾਨ ਨੂੰ ਅਮਲੀ ਤੌਰ 'ਤੇ ਲਿਆਓ ਇੱਥੇ ਮੈਂ ਬੜੇ ਬੈਨਰ ਲਿਖੋ ਪੰਜਾਬੀ ਪੜ੍ਹੋ ਪੰਜਾਬੀ ਬਈ ਬੋਲੋ ਵੀ ਪੰਜਾਬੀ ਵੱਡੀ ਗੱਲ ਇਹ ਹੈ
ਤੇ ਇਨਸ਼ਾਅੱਲਾ ਤੁਸੀਂ ਇਹ ਵੇਖੋ ਕਿ ਜਲਦੀ ਪੰਜਾਬੀ ਜ਼ਬਾਨ ਨੂੰ ਪ੍ਰਾਇਮਰੀ ਸਤਹ ਤੱਕ ਲਾਜ਼ਮੀ ਪੜਾਉਣ ਦਾ ਕਾਨੂੰਨ ਇਹ ਪੰਜਾਬ ਅਸੈਂਬਲੀ ਮੌਜੂਦਾ ਹਕੂਮਤ ਤੁਹਾਡੀ ਇਹ ਪਾਸ ਕਰੇਗੀ ਔਰ ਇਸ ਗੱਲ 'ਤੇ ਫਖਰ ਕਰੇਗੀ ਕਿ ਪੰਜਾਬੀ ਜ਼ਬਾਨ ਨੂੰ ਪੰਜਾਬ ਵਿੱਚ ਤਬਦੀਲ ਦੇਣ ਵਾਸਤੇ ਇਸ ਹਕੂਮਤ ਨੇ ਕੰਮ ਕੀਤਾ। ਮੈਂ ਕਿਉਂਕਿ ਹੁਣ ਲਾਹੌਰ ਤੋਂ ਬਾਹਰ ਜਾਣਾ ਹੈ ਤਾਂ ਮੈਂ ਤੁਹਾਡੇ ਕੋਲ ਹੁਣ ਇਜਾਜ਼ਤ ਸਾਹਿਬ ਮੇਰੀ ਹਾਜ਼ਰੀ ਕਬੂਲ ਕਰੋ ਅਤੇ ਇਨਸ਼ਾਅੱਲਾ ਫਿਰ ਕੋਈ ਮੌਕਾ ਹੋਇਆ ਤਾਂ ਇਨਸ਼ਾਅੱਲਾ ਫਿਰ ਹਾਜ਼ਰ ਹੋਵਾਂ। ਮਿਹਰਬਾਨੀ, ਸ਼ੁਕਰੀਆ। ਬਹੁਤ ਬਹੁਤ ਮੁਹੱਬਤ। ਸਾਨੂੰ ਇੱਕ ਆਸ ਬਣੀ ਹੈ ਮੀਆਂ ਮੁਹੰਮਦ ਮਾਨਿਕਾ ਜੀ ਹੋਰਾਂ ਦੇ ਇਸ ਬਿਆਨ ਤੋਂ, ਇਸ ਖਿਆਲ ਤੋਂ ਕਿ ਉਹ ਵਜ਼ੀਰ ਆਲਾ ਪੰਜਾਬ ਤੱਕ ਜਿਹੜਾ ਉਹਦਾ ਮੁਸਬਤ ਰਵੱਈਆ ਹੈ, ਅਸੀਂ ਇਸਦੇ ਹੀ ਇੰਤਜ਼ਾਰ ਦੇ ਵਿੱਚ ਹਾਂ ਔਰ ਜਲਦ ਹੀ ਅਸੈਂਬਲੀ ਦੇ ਅੰਦਰ ਇਹ ਬਿੱਲ ਪੇਸ਼ ਕੀਤਾ ਜਾਏ ਔਰ ਜਿਵੇਂ ਦੂਸਰੇ ਸੂਬਿਆਂ ਨੇ ਕੀਤਾ ਹੈ ਇੰਝ ਹੀ ਬੁਨਿਆਦੀ ਤਾਲੀਮ ਲਾਜ਼ਮੀ ਸਬਜੈਕਟ ਜਿਹੜਾ ਪਹਿਲੀ ਤੋਂ ਲੈ ਕੇ BA ਤੱਕ ਲਾਜ਼ਮੀ ਪੜ੍ਹਾਈ ਦਾ ਜਿਹੜਾ ਇੰਤਜ਼ਾਮ ਕੀਤਾ ਜਾਏ।